ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਜਿਵੇਂ ਮੈਂ ਕਿਹਾ ਕਰਦਾ ਵੀ ਜੇ ਤੁਸੀਂ ਰਜਿਸਟਰਡ ਆ ਵੱਖ ਵੱਖ ਥਾਵਾਂ 'ਤੇ ਜਿਹੜੀਆਂ ਸਾਡੇ ਕੋਲ ਇਹਦੇ 2017 ਤੋਂ ਐਕਟਿਵ ਹੋਏ ਹੋਣੇ ਆ ਤੁਸੀਂ ਇਕੱਠੇ ਆਇਓ ਅੰਦਰੋਂ ਸਮਾਨ ਵੀ ਗਾਇਬ ਹੈ ਕਦੀ ਇਹ ਵੀ ਸਾਰਾ ਤੋੜ ਕੇ ਅੰਦਰ ਪੂਰਾ ਚੈੱਕ ਕੀਤਾ ਗਿਆ ਪਟਿਆਲਾ ਪੁਲਿਸ ਨੂੰ ਉਦੋਂ ਬੜੀ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਅੰਤਰਰਾਜੀ ਜਿਹੜਾ ਏਟੀਐਮ ਰੋਬਰਸ ਦਾ ਗੈਂਗ ਹੈ ਅਸੀਂ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹ 8 ਮੈਂਬਰ ਅਸੀਂ ਗ੍ਰਿਫਤਾਰ ਕੀਤੇ ਹੈ ਜਿਹੜੇ 2017 ਤੋਂ ਲੈ ਕੇ ਐਕਟਿਵ ਸੀ। ਇਹਨਾਂ ਦੀਆਂ 2 ਵਾਰਦਾਤਾਂ ਹਰਿਆਣੇ ਦੇ ਵਿੱਚ ਹੈ, ਫਤਿਹਗੜ੍ਹ ਸਾਹਿਬ ਹੈ, ਰੋਪੜ ਹੈ, ਮੋਹਾਲੀ ਹੈ, ਉਹਦੇ 'ਚੋਂ ਮਾਨਸਾ ਦੀ ਹੈਗੀ ਹੈ, ਬਰਨਾਲੇ ਦੀ ਹੈਗੀ ਹੈ। 13 ਵਾਰਦਾਤਾਂ ਜਿਹੜੀਆਂ ਇਹਨਾਂ ਦੀਆਂ ਪਟਿਆਲੇ ਹੈ। ਇਹ ਇਹਨਾਂ ਦਾ ਮੋਡਲ ਸਪਰੈਂਡੀ ਇਹ ਸੀ ਵੀ ਪਹਿਲਾਂ ਇਹ ਜਿਹੜੀ ਉਹਨੂੰ ਏਟੀਐਮ ਦੇ ਵਿੱਚੋਂ ਕਟਰ ਦੇ ਨਾਲ ਸ਼ੁਰੂ ਕਰਦੇ ਸੀ, ਕਟਰ ਦੇ ਨਾਲ ਕਰਨ ਦੇ ਕਾਰਨ ਜਿਹੜੀ ਹੈ ਉਹਦੇ 'ਚੋਂ ਆਵਾਜ਼ ਬਹੁਤ ਜ਼ਿਆਦਾ ਆਉਂਦੀ ਸੀ ਅਤੇ ਫੜੇ ਜਾਣ ਦਾ ਡਰ ਸੀ। ਅਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਗੈਸ ਕਟਰ ਦੀ ਵਰਤੋਂ ਕਰਨੀ ਸ਼ੁਰੂ ਕਰਤੀ। ਇੱਕ ਪਟਾ ਤੁਹਾਨੂੰ ਦਿਖਾਵਾਂਗੇ, ਇਹਦੇ ਵਿੱਚ ਜਿਹੜਾ ਇਹਨਾਂ ਨੇ ਇਸ ਪਟੇ ਦੇ ਨਾਲ ਏਟੀਐਮ ਨੂੰ ਪਾ ਕੇ ਜਿਹੜੀਆਂ 2 ਵਾਰਦਾਤਾਂ, ਇੱਕ ਹਰਿਆਣੇ ਦੇ ਵਿੱਚ ਅਤੇ ਇੱਕ ਜਿਹੜੀ ਇਹ ਵਾਰਦਾਤ ਹੈ ਜਿਹੜੀ ਇਹਨੇ ਕੀਤੀ ਆ ਉਹਨੂੰ ਆਪਣੇ ਪਾਤੜਾਂ ਦੇ ਵਿੱਚ ਇਹ ਪਟੇ ਦੇ ਨਾਲ ਏਟੀਐਮ ਖਿੱਚ ਕੇ ਕਰਨ ਦੀ ਕੀਤੀ ਹੈ। ਅਤੇ ਕੁੱਲ ਇਹਦੇ ਵਿੱਚੋਂ ਜਿਹੜੀਆਂ ਅਸੀਂ ਸਾਰਾ ਗੈਂਗ ਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ। ਇਹਨਾਂ ਦੇ ਵਿੱਚੋਂ ਇੱਕ ITI ਹੈ, ਇੱਕ ਆਸਟ੍ਰੇਲੀਆ ਤੋਂ ਆਇਆ ਹੋਇਆ ਲੜਕਾ ਜਿਹੜਾ ਕਿ ਕੁਛ ਦਿਨ ਪਹਿਲਾਂ ਹੀ ਆਇਆ, ਉਹਦੇ ਵਿੱਚੋਂ ਚਲਿਆ ਗਿਆ ਸੀ ਬਾਹਰ ਅਤੇ ਦੁਬਾਰਾ ਆਇਆ, ਅਤੇ ਉਹਦੀ ਵਾਈਫ ਨੇ 5 ਤਰੀਕ ਨੂੰ ਆਉਣਾ। ਅਤੇ ਇਸ ਤੋਂ ਇਲਾਵਾ ਜਿਹੜੇ ਬਾਕੀ ਬੰਦੇ ਹੈ ਇਹਨਾਂ ਦਾ ਇੱਕ ਜਿਹੜਾ ਸਟਾਰਟ ਆਫ 2019 ਦੇ ਵਿੱਚ ਇੱਕ ਮੈਂਬਰ ਰਾਤ ਨੂੰ ਅਟੈਂਪਟ ਕਰਨ ਗਏ ਸੀ, ਐਕਸੀਡੈਂਟ ਵੇਰਾ ਗੱਡੀ ਦਾ ਹੋ ਗਿਆ ਸੀ ਅਤੇ ਉਹਦੇ ਵਿੱਚ ਇੱਕ ਮੈਂਬਰ ਦੀ ਇਹਦੀ ਡੈੱਥ ਵੀ ਹੋ ਗਈ ਸੀ। ਇੱਕ ਇੰਜਰਡ ਹੈ, ਇੰਜਰਡ ਦੁਬਾਰਾ ਹਜੇ ਪੂਰਾ ਠੀਕ ਨਹੀਂ ਹੋਇਆ, ਉਹ ਦੁਬਾਰਾ ਵਾਰਦਾਤਾਂ 'ਚ ਲੱਗਿਆ। ਅਸੀਂ 7 ਮੋਟਰਸਾਈਕਲ ਇਹਨਾਂ ਦੇ ਰਿਕਵਰ ਕਰ ਲਏ ਆ, 2 ਇੱਕ ਟਵੇਰਾ ਗੱਡੀ ਜਿਹਦੇ ਉੱਤੇ ਵਾਰਦਾਤਾਂ ਕੀਤੀਆਂ ਉਹ ਰਿਕਵਰ ਕਰ ਲਈ ਹੈ, ਇੱਕ ਇੰਡੀਕਾ ਕਾਰ ਕਰ ਲਈ ਹੈ। ਜਿੰਨੇ ਪੈਸੇ ਇਹਨਾਂ ਨੇ ਲਗਭਗ ਕੀਤੇ ਹੈ ਉਹਦੇ ਵਿੱਚੋਂ ਇਹਨਾਂ ਦੀ ਜਿਹੜੀ ਐਸ਼ੋ ਆਰਾਮ ਦੇ ਵਿੱਚ ਮਕਾਨ ਪਾ ਲਿਆ ਜਾਂ ਹੋਰ ਕਰ ਲਿਆ, 8 ਲੱਖ ਦੇ ਕਰੀਬ ਅਸੀਂ ਕੈਸ਼ ਉਹਨੂੰ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਜ਼ਿਆਦਾਤਰ ਇਹਨਾਂ ਦਾ ਜਿਹੜਾ ਢੰਗ ਸੀਗਾ, ਇਹ 8 ਮੈਂਬਰ ਜਿਹੜੇ 9 ਮੈਂਬਰ ਸੀ ਬੇਸਿਕਲੀ, ਉਹਦੇ ਵਿੱਚੋਂ 6-7 ਮੈਂਬਰ ਇੱਕ ਕਿਤੇ ਚਲੇ ਗਏ, 6-7 ਕਿਤੇ ਚਲੇ ਗਏ। 2017 ਦੇ ਵਿੱਚ ਇਹਨਾਂ ਨੇ ਸਭ ਤੋਂ ਜਿਹੜੀ ਜਦੋਂ ਸ਼ੁਰੂ ਕੀਤਾ ਸੀ ਕੰਮ, ਉਦੋਂ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਬਜ਼ੁਰਗ ਆਦਮੀ ਤੋਂ ਸਕੂਟਰ ਦੇ ਵਿੱਚ ਜਿਹੜਾ ਉਹਨੂੰ ਧੱਕਾ ਮਾਰ ਕੇ ਸਿੱਟ ਕੇ ਅਤੇ ਉਹਦੇ ਵਿੱਚੋਂ ਕੈਸ਼ ਲੈ ਕੇ ਉਹਦਾ ਗਏ ਸੀ। ਅਤੇ ਇਹਨਾਂ ਸਾਰਿਆਂ ਨੂੰ ਅਸੀਂ ਫੜਨ 'ਚ ਕਾਮਯਾਬ ਹੋਏ ਹਾਂ। ਹਰਿਆਣੇ ਵਾਲਿਆਂ ਨੂੰ ਵੀ ਇਤਲਾਹ ਦੇਵਾਂਗੇ, ਸਾਰੇ ਪੰਜਾਬ ਦੇ ਵਿੱਚ ਇਹ ਇਤਲਾਹ ਦੇਵਾਂਗੇ ਕਿ ਇਹ ਗੈਂਗ ਨੂੰ ਫੜਿਆ ਤਾਂ ਕਿ ਅੱਗੇ ਇਹਨਾਂ ਤੋਂ ਪੁੱਛਗਿੱਛ ਕੀਤੀ। ਇਹ ਜਿੰਨੇ ਮੁੰਡੇ ਆ ਇਹਨਾਂ ਦੇ ਵਿੱਚੋਂ ਇੱਕ ਵੀ ਨਸ਼ਾ ਕਰਨ ਵਾਲਾ ਨਹੀਂ। ਇਹਨਾਂ ਦੀ ਬੋਡੀ ਬਿਲਡਰ ਟਾਈਪ ਹੈ, ਇਹਦੀ ਤੁਹਾਡੇ ਨਾਲ ਫੋਟੋ ਸ਼ੇਅਰ ਕਰਾਂਗੇ ਇਹਨਾਂ ਦੀਆਂ, ਜਿਵੇਂ ਮਸਲਮੈਨ। ਅਤੇ 1-2 ਇਹਨਾਂ ਦੇ ਵਿੱਚੋਂ ਰੈਗੂਲਰ ਜਿਹੜੇ ਜਿਮ ਜਾ ਰਹੇ ਆ, ਜਿਹੜੇ ਪ੍ਰੋਪਰਲੀ, ਕਿਉਂਕਿ ਮਾੜਾ ਬੰਦਾ ਅਤੇ ਜਿਹੜਾ ਕਮਜ਼ੋਰ ਬੰਦਾ ਹੈ ਉਹ ਏਟੀਐਮ ਪੱਟਣ ਵਾਲਾ ਅਤੇ ਉਹਦਾ ਕਟਰ ਦੇ ਪ੍ਰੈਸ਼ਰ ਵਾਲਾ ਕੰਮ ਨਹੀਂ ਕਰ ਸਕਦਾ ਹੈਗਾ। ਬੇਸਿਕਲੀ ਮੋਸਟ ਫਿਜ਼ੀਕਲੀ ਫਿੱਟ ਜਿਹੜਾ ਇਹ ਗੈਂਗ ਹੈ, ਜਿਹੜਾ ਇਹਨੂੰ ਅਸੀਂ ਕਹਿਣ 'ਚ ਕਾਮਯਾਬ ਹੋਵਾਂਗੇ ਵੀ ਇਹ ਇਸ ਟਾਈਪ ਦਾ ਗੈਂਗ ਸੀ। ਆਸਟ੍ਰੇਲੀਆ ਵਾਲਾ ਮੁੰਡਾ ਸੀ ਉਹਦਾ ਕੀ ਨਾਮ ਹੈ ਅਤੇ ਆਸਟ੍ਰੇਲੀਆ ਕੀ ਕਰਦਾ ਸੀ ਜੀ? ਹਾਂਜੀ, ਆਸਟ੍ਰੇਲੀਆ ਵਾਲਾ ਮੁੰਡਾ ਉਹ ਕੀ ਕਰਦਾ ਸੀ ਜੀ? ਜਿਹੜਾ ਆਸਟ੍ਰੇਲੀਆ ਦਾ ਵਿੱਚੋਂ ਆਇਆ ਹੋਇਆ ਲੜਕਾ, ਉਹਦਾ ਮੈਂ ਤੁਹਾਨੂੰ ਦੱਸ ਦਿੰਦਾ, ਉਹਦਾ ਨਾਂ ਹੈਗਾ ਪਰਮਵੀਰ ਸਿੰਘ ਭੰਗੂ। ਤੁਸੀਂ ਕੀ ਕੰਮ ਕਰਦੇ? ਇਹ ਆਸਟ੍ਰੇਲੀਆ ਦੇ ਵਿੱਚ ਗਿਆ ਹੋਇਆ, ਇਹ ਅਤੇ ਇਹਦੀ ਵਾਈਫ ਗਏ ਹੋਏ ਆ, ਪਿੱਛੇ ਜਿਹੇ ਜਾ ਕੇ ਆਇਆ, ਹੁਣ ਇਹ ਦੁਬਾਰਾ ਵਿੱਚੋਂ ਵਾਪਸ ਆ ਗਿਆ। ਜਿਹੜਾ ਇੰਜਰਡ ਹੈ ਉਹ ਵਿਕਰਮਜੀਤ ਹੈ, ਅਤੇ ਇਹਦੇ ਵਿੱਚੋਂ ਜਿਹੜਾ ਮੇਨ ਇਹਦਾ ਮਾਸਟਰ ਮਾਈਂਡ ਹੈ ਉਹ ਹਰਨੇਕ ਸਿੰਘ ਹੈ। ਇਹਨਾਂ ਨੇ ਪ੍ਰੈਕਟੀਕਲੀ ਯੂਟਿਊਬ ਦੇ ਵਿੱਚੋਂ ਇਹ ਕਾਫੀ ਇਹਨਾਂ ਨੇ, ਇੱਕ ਇਹਨਾਂ 'ਚੋਂ ਸੈਂਸਰ ਲਾਉਣ ਦਾ ਮਾਹਰ ਹੈ ਅਤੇ ਦੂਜਾ ਯੂਟਿਊਬ ਤੋਂ ਸਿੱਖਿਆ। ਇੱਕ ਇਹਦੇ 'ਚ ਬੜੀ ਜਿਹੜੀ ਦੁੱਖ ਵਾਲੀ ਗੱਲ ਇਹ ਹੈ ਕਿ ਜਿਹੜਾ ਜਿੰਨੀਆਂ ਵਾਰਦਾਤਾਂ ਹੋਈਆਂ, ਮੈਕਸੀਮਮ ਵਾਰਦਾਤਾਂ SBI ਦੀਆਂ ਹੋਈਆਂ, ਇਹਨਾਂ ਨੂੰ ਪੁੱਛਿਆ ਵੀ SBI ਦੀਆਂ ਕਿਉਂ ਆ, ਅਤੇ ਇਹ ਕਹਿੰਦੇ ਜੀ ਉਹਨਾਂ ਦੇ ਸੁਰੱਖਿਆ ਇੰਤਜ਼ਾਮ ਪ੍ਰੋਪਰ ਨਹੀਂ ਕੀਤੇ, ਸੈਂਸਰ ਨਹੀਂ ਲੱਗੇ ਹੋਏ SBI ਦੇ, ਇਸ ਕਰਕੇ ਜਿਹੜੇ ਟਾਰਗੇਟ ਹੈ SBI ਬੈਂਕ ਨੂੰ ਇਹਨਾਂ ਨੇ ਸਪੈਸ਼ਲੀ ਇਸ ਕਰਕੇ ਟਾਰਗੇਟ ਕੀਤਾ। ਅਤੇ ਇੱਕ ਹੋਰ ਇਹਦੇ ਵਿੱਚ ਜਿਹੜੀ ਮੇਨ ਗੱਲ ਹੈ, DG ਪੰਜਾਬ ਨੇ ਇਹਨੂੰ, ਇਸ ਟੀਮ ਨੂੰ ਜਿਹੜੀ ਸਾਡੀ CIA ਦੀ ਟੀਮ ਹੈ, ਡਿਟੈਕਟਿਵ ਵਿੰਗ ਦੀ ਟੀਮ ਹੈ, ਜਿਨ੍ਹਾਂ ਨੇ ਇਸ ਸਾਰੀ ਮਿਹਨਤ ਕੀਤੀ ਹੈ, ਰੈਗੂਲਰ 2 ਮਹੀਨੇ ਤੋਂ ਅਸੀਂ ਇਹਦੇ 'ਤੇ ਕੰਮ ਕਰ ਰਹੇ ਸੀ, ਉਹਨਾਂ ਨੇ 2 ਲੱਖ ਰੁਪਇਆ ਇਹਦੇ 'ਚ ਕੈਸ਼ ਅਵਾਰਡ ਦਿੱਤਾ। ਨਾਲ ਉਹਨਾਂ ਨੇ 5 DGP ਡਿਸਕ ਦਿੱਤੀਆਂ, 3 ਜਣਿਆਂ ਨੂੰ ਤਰੱਕੀਆਂ ਦਿੱਤੀਆਂ,
ਪਟਿਆਲਾ ਦੇ ਵਿੱਚ ਹੁਣ ਅੱਜ ਦੇ ਦਿਨ ਮੈਂ ਇਹ ਕਹਿ ਸਕਦਾ ਕੋਈ ਵੀ ਮੇਜਰ ਕ੍ਰਾਈਮ ਇਹੋ ਜਿਹਾ ਹੈ ਨਹੀਂ ਜਿਹੜਾ ਅਸੀਂ ਟਰੇਸ ਕਰਨ 'ਚ ਕਾਮਯਾਬ ਨਾ ਹੋਏ। ਪਿਛਲੇ ਕਈ ਕਈ ਸਾਲਾਂ ਦੇ ਜਿਹੜੇ ਹੈ ਇਸ ਸਮੇਂ ਦੇ ਵਿੱਚ ਅਸੀਂ ਕੇਸ ਟਰੇਸ ਕਰਤੇ, ਸਾਰਾ ਸਿਹਰਾ ਮੈਂ ਆਪਣੀ ਟੀਮ ਪਟਿਆਲਾ ਨੂੰ, ਸਾਡੇ ਡੈਡੀਕੇਟਡ ਅਫਸਰ ਨੂੰ, ਸਖ਼ਤ ਮਿਹਨਤ ਕਰਨ ਵਾਲੇ ਅਫਸਰ ਨੂੰ, ਅਤੇ ਇੱਕ ਕਲੀਅਰ ਕੱਟ ਐਂਟੀ ਸੋਸ਼ਲ ਸ਼ਰਾਰਤ ਕਰਨ ਵਾਲੇ ਅਤੇ ਬਦਮਾਸ਼ਾਂ ਨੂੰ ਅਤੇ ਗੁੰਡਾ ਅਨਸਰ ਨੂੰ ਸਖ਼ਤ ਸੁਨੇਹਾ ਹੈ। ਜੇ ਪਟਿਆਲਾ ਵਿੱਚ ਤੁਸੀਂ ਵਾਰਦਾਤ ਕਰਦੇ ਹੋ ਤਾਂ ਤੁਹਾਡੇ 'ਤੇ ਸਾਡੀ ਨਿਗ੍ਹਾ, ਤੁਹਾਡੀ ਜਗ੍ਹਾ ਆਮ ਲੋਕਾਂ 'ਚ ਨਹੀਂ, ਸੁਰੱਖਾਂ ਪਿੱਛੇ ਆ। ਇਸ ਕਰਕੇ ਅਸੀਂ ਜੋ ਵੀ ਕੋਈ ਕ੍ਰਾਈਮ ਕਰੂਗਾ ਉਹਦੇ 'ਤੇ ਸਾਡੀ ਨਿਗ੍ਹਾ, ਅਸੀਂ ਉਹਦੇ ਖਿਲਾਫ਼ ਕਾਰਵਾਈ। ਟੋਟਲ ਜਿਹੜੀਆਂ ਸਾਡੇ ਕੋਲ ਜਿਹੜੀਆਂ ਐੱਫ ਆਈ ਆਰਸ ਆ ਗਈਆਂ ਜਿਹੜੀਆਂ ਸਵੇਰੇ ਤੱਕ ਕੀਤੀਆਂ ਉਹ ਹੈਗੀਆਂ 34 ਟੋਟਲ ਵਾਰਦਾਤਾਂ, ਜਿਨ੍ਹਾਂ ਦੇ ਵਿੱਚੋਂ ਵੱਖ ਵੱਖ ਡਿਸਟ੍ਰਿਕਟਸ ਦੇ ਵਿੱਚੋਂ ਜਿਹੜੀਆਂ ਐੱਫ ਆਈ ਆਰਸ ਅਸੀਂ ਲੈ ਲਈਆਂ, 23 ਜਿਹੜੀਆਂ ਐੱਫ ਆਈ ਆਰਸ ਆ ਜਿਹੜੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਦੀਆਂ ਐੱਫ ਆਈ ਆਰਸ ਅੱਜ ਸਵੇਰ ਤੋਂ ਲੱਗੇ ਹੋਏ ਅਫਸਰ, ਉਹਨਾਂ ਨੇ 23 ਸਾਡੇ ਕੋਲ ਐੱਫ ਆਈ ਆਰਸ ਆ ਗਈਆਂ, ਸਾਰੇ ਪੰਜਾਬ ਦੀਆਂ ਅਤੇ 2 ਹਰਿਆਣੇ ਦੀਆਂ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 466 7700।